देहात पुलिस ने एक ऐसे गैंग का पर्दाफाश किया है जिसमें 19 साल के सरगना ने अपनी गैंग तैयार करके कई आपराधिक वारदातों को अंजाम दिया था। पुलिस ने सरगना सहित 5 लोगों को गिरफ्तार किया है, जिनके कब्जे से 9 पिस्तौल, 76 जिंदा रौंद, 250 ग्राम हेरोइन, गाड़ी और मोटरसाइकिल बरामद किया है। इसी तरह एक अन्य मामले में थाना लांबड़ा की पुलिस ने रणजीत सिंह उर्फ रनिया पुत्र जगीर सिंह निवासी शाहपुर को 1 पिस्तौल, 3 जिंदा कारतूस सहित गिरफ्तार किया है। ਮਹਿਮਦਪੁਰ ਪਿੰਡ ਦੇ ਵਿੱਚ ਆਦਮਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਨਾਕਾਬੰਦੀ ਕੀਤੀ ਹੋਈ ਸੀ ਸਾਡੇ CIA ਟੀਮ ਨੇ, ਜਿਸ ਨੂੰ ਹੈੱਡ ਕਰ ਰਹੇ ਸੀਗੇ ਸਾਡੇ SP ਇਨਵੈਸਟੀਗੇਸ਼ਨ ਬਲਕਾਰ ਸਿੰਘ ਜੀ ਅਤੇ ਨਾਲ ਸਾਡੇ DSP ਜਸਵੀਰ ਸਿੰਘ ਸੀਗੇ। ਐਂਡ ਇਸ ਟੀਮ ਦੇ ਵਿੱਚ ਸ਼ਿਵ ਕੁਮਾਰ, ਇੰਸਪੈਕਟਰ ਸ਼ਿਵ ਕੁਮਾਰ ਅਤੇ ਉਸਦੀ ਪਾਰਟੀ ਨੇ ਨਾਕਾਬੰਦੀ ਦੌਰਾਨ ਇੱਕ XUV ਅਤੇ ਇੱਕ ਮੋਟਰਸਾਈਕਲ ਰਾਊਂਡ ਅਪ ਕੀਤਾ। ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਵਿੱਚੋਂ 3 ਮੁੰਡੇ ਜਸਕਰਨ, ਵਿਜੇ ਅਤੇ ਸੋਮਾ, ਇਹ 3 ਜਿਹੜੇ ਕਿ XUV ਦੇ ਵਿੱਚ ਸੀ ਅਤੇ ਮੋਟਰਸਾਈਕਲ 'ਤੇ ਸੀਗੇ ਤੇਜਪਾਲ ਅਤੇ ਸੋਮਨਾਥ। ਇਹਨਾਂ ਸਾਰਿਆਂ ਕੋਲੋਂ 9 ਪਿਸਤੌਲ ਰਿਕਵਰ ਹੋਏ ਨੇ, ਜਿਨ੍ਹਾਂ ਵਿੱਚੋਂ 4 ਪਿਸਤੌਲ .32 ਬੋਰ ਦੇ ਨੇ ਮੈਗਜ਼ੀਨ ਵਾਲੇ, ਐਂਡ 3 ਪਿਸਤੌਲ ਜਿਹੜੇ ਸੀਗੇ ਉਹ 315 ਬੋਰ ਦੇ ਅਤੇ 1 12 ਬੋਰ ਦਾ ਕੱਟਾ ਇਹਨਾਂ ਕੋਲੋਂ ਰਿਕਵਰ ਹੋਇਆ। ਬਟ ਇੱਥੇ ਮੇਨ ਗੱਲ ਜਿਹੜੀ ਮੈਂ ਮੈਂਸ਼ਨ ਕਰਨੀ ਚਾਹੁੰਦਾ ਕਿ ਬੜੀ ਹੈਵੀ ਮਾਤਰਾ ਦੇ ਵਿੱਚ ਇਹਨਾਂ ਕੋਲੋਂ ਐਮੂਨੀਸ਼ਨ ਮਿਲੀ ਹੈ। 315 ਬੋਰ ਦੇ 31 ਰੌਂਦ ਨੇ, ਇਸੇ ਤਰੀਕੇ ਨਾਲ 32 ਬੋਰ ਦੇ 21 ਰੌਂਦ ਨੇ ਅਤੇ 12 ਬੋਰ ਦੇ ਵੀ 21 ਰੌਂਦ ਨੇ। ਕਾਫੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋਲੋਂ ਅਸਲਾ, ਆਮ ਜਨ ਐਮੂਨੀਸ਼ਨ ਰਿਕਵਰ ਹੋਏ ਨੇ, ਜੋ ਇਹਨਾਂ ਦੇ ਖਿਲਾਫ ਆਦਮਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਰਜਿਸਟਰ ਕਰ ਦਿੱਤਾ ਗਿਆ ਐਂਡ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ, ਜੁਵੇਨਾਈਲ ਜੇਲ੍ਹ ਦੇ ਵਿੱਚੋਂ ਭੱਜੇ? ਇਹ ਇੱਕ ਲੜਕਾ ਜਿਹੜਾ ਜਸਕਰਨ ਹੈ, ਇਹ 19 ਸਾਲਾਂ ਦਾ ਹੈਗਾ ਅਤੇ ਇਸ ਦੇ ਖਿਲਾਫ 17 ਮੁਕੱਦਮੇ ਆਲਰੇਡੀ ਦਰਜ ਨੇ, ਜਿਹੜੇ ਕਿ ਲੁੱਟਾਂ ਖੋਹਾਂ ਦੇ, ਕਤਲ ਦੇ ਐਂਡ ਲੜਾਈ ਝਗੜੇ ਦੇ ਨੇ। ਇਹ ਪਿਛਲੇ ਅਗਸਤ ਦੇ ਵਿੱਚ ਜੁਵੇਨਾਈਲ ਜੇਲ੍ਹ ਹੁਸ਼ਿਆਰਪੁਰ ਤੋਂ ਐਸਕੇਪ ਕੀਤਾ ਸੀ। ਇਸ ਦੇ ਨਾਲ 2 ਹੋਰ ਐਸਕੇਪੀ ਸੀਗੇ, 3 ਟੋਟਲ ਬੰਦਿਆਂ ਨੇ ਉੱਥੋਂ ਐਸਕੇਪ ਕੀਤਾ ਸੀ ਅਤੇ ਉਸ ਤੋਂ ਬਾਅਦ ਇਹਨੇ ਫਿਰ ਆਪਣਾ ਇੱਕ ਗੈਂਗ ਬਣਾ ਕੇ ਅਸਲੇ ਸਾਰੇ ਪ੍ਰੋਕਿਓਰ ਕਰਕੇ ਇੰਨੀ ਵੱਡੀ ਮਾਤਰਾ ਦੇ ਵਿੱਚ ਆਮ ਜਨ ਐਮੂਨੀਸ਼ਨ ਇਕੱਠਾ ਕੀਤਾ ਐਂਡ ਇਹਨੂੰ ਫੜ ਕੇ ਜਲੰਧਰ ਰੂਰਲ ਪੁਲਿਸ ਨੇ ਕਾਫੀ ਕ੍ਰਾਈਮ ਨੂੰ ਠੱਲ ਪਾਈ ਹੈ, ਕਿਉਂਕਿ ਇੰਨਾ ਵੱਡਾ ਜਿਹੜਾ ਅਸਲਾ ਅਤੇ ਐਮੂਨੀਸ਼ਨ ਫੜਿਆ ਗਿਆ ਹੈ ਕਿਸੇ ਨਾ ਕਿਸੇ ਕ੍ਰਾਈਮ ਦੇ ਵਿੱਚ ਹੀ ਯੂਜ਼ ਹੋਣਾ ਸੀ। ਉਹਨਾਂ ਦੇ ਵਿੱਚੋਂ ਇੱਕ ਤੇਜਪਾਲ ਅਤੇ ਜਿੱਦਾਂ PO ਹੈ ਆਲਰੇਡੀ 2 ਮੁਕੱਦਮਿਆਂ ਦੇ ਵਿੱਚ। ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੁਧਿਆਣੇ ਕੁਛ ਰਿਕਵਰੀ ਪਿੱਛੇ ਅਰਾਊਂਡ 1 ਕਿਲੋ ਹਿਰਨ ਦੀ ਹੋਈ ਸੀ, ਉਸ ਕੇਸ ਦੇ ਵਿੱਚ ਵੀ ਇਹ ਵਾਂਟਡ ਹੈ ਐਂਡ ਇਹ ਪੁਰਾਣਾ PO ਵੀ ਹੈ ਅਤੇ ਸਮਗਲਿੰਗ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਹਿਰਨ ਦੀ ਕਰਦਾ। ਇਹ ਲੁੱਟ ਖੋਹ ਨੋਰਮਲੀ ਜਿੱਦਾਂ ਅਸੀਂ 379B ਦੇ ਜਿਹੜੇ ਪਰਚੇ ਰਜਿਸਟਰ ਕਰੀਦੇ, ਕੋਈ ਮੋਟਰਸਾਈਕਲ 'ਤੇ ਜਾ ਰਿਹਾ ਉੱਤੋਂ ਕੁਛ ਖੋਹ ਲਿਆ, ਪਰਸ ਖੋਹ ਲਿਆ ਜਾਂ ਗੱਡੀਆਂ ਖੋਹ ਲੀਆਂ, ਹੁਣ ਤੱਕ ਦੀ ਜਿਹੜੀ ਇਨੀਸ਼ੀਅਲ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਗੱਲਾਂ ਸਾਹਮਣੇ ਆਈਆਂ। ਕੋਈ ਵੱਡੀ ਵਾਰਦਾਤ ਕਰਨ ਜਾ ਰਹੇ ਸੀ? ਵੱਡੀ ਵਾਰਦਾਤ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਿਆ, ਪੁੱਛਗਿੱਛ ਕਰਾਂਗੇ। ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਜਿਹੜਾ 19 ਸਾਲਾਂ ਦਾ ਇਹਨਾਂ ਦਾ ਸਰਗਰਨਾ ਹੈ ਜਸਕਰਨ, ਅਤੇ ਉਸ ਦੇ ਖਿਲਾਫ ਹੁਣ ਤੱਕ ਆਲਰੇਡੀ 17 ਕੇਸਿਸ ਰਜਿਸਟਰ ਹੋ ਚੁੱਕੇ ਨੇ ਅਤੇ ਉਹ ਜੁਵੇਨਾਈਲ ਜੇਲ੍ਹ 'ਚੋਂ ਦੌੜਿਆ ਹੋਇਆ SKP ਹੈ ਅਤੇ ਇਹ ਵੱਡੀ ਵਾਰਦਾਤ ਅਤੇ ਇਹਨਾਂ ਦੇ ਡੈਫੀਨੇਟਲੀ 10 ਜਿਹੜੇ ਇਹਨਾਂ ਕੋਲੋਂ ਅਸਲੇ ਸਾਨੂੰ ਫੜੇ ਗਏ ਨੇ, ਇਹ ਕਿਸੇ ਨਾ ਕਿਸੇ ਵਾਰਦਾਤ 'ਚ ਇਹਨਾਂ ਯੂਜ਼ ਕਰਨੇ ਸੀਗੇ। ਕੋਈ ਕਤਲ ਦਾ ਮਾਮਲਾ ਵੀ? ਇਹਦੇ ਖਿਲਾਫ ਜਸਕਰਨ ਦੇ ਖਿਲਾਫ 1302 ਦਾ ਮੁਕੱਦਮਾ ਨਵਾਂ ਸ਼ਹਿਰ ਦੇ ਵਿੱਚ ਰਜਿਸਟਰਡ ਹੈਗਾ। ਨਹੀਂ, ਉਹਨਾਂ ਦੀ ਹੁਣ ਪੁੱਛਗਿੱਛ ਕਰਾਂਗੇ, ਜਿਹੜੇ ਅਸੀਂ ਅਰੈਸਟ ਕੀਤੇ ਉਹਨਾਂ ਦੇ ਵਿੱਚੋਂ 2 ਨਹੀਂ ਹੈ। ਇਹ ਆਪਣਾ ਹੀ ਗੈਂਗ ਹੀ ਬਣਾ ਰਿਹਾ ਸੀਗਾ ਆਲਰੇਡੀ, ਕਿਉਂਕਿ ਇਹਦੇ ਖਿਲਾਫ 17 ਮੁਕੱਦਮੇ ਦਰਜ ਨੇ। ਇਹ ਯੂਜ਼ ਟੂ ਹੋਇਆ ਪਿਆ ਲੜਾਈ ਝਗੜੇ ਕਰਨ ਦਾ, ਗੈਂਗਸ ਬਣਾਉਣ ਦਾ ਐਂਡ ਆਪਣੇ ਆਪ ਨੂੰ ਇਹ ਸੁੱਖਾ ਕਾਲੋਂ ਜਿਹੜਾ ਪਿੱਛੇ ਮਰਿਆ, ਇਹ ਆਪਣੇ ਆਪ ਨੂੰ ਉਸ ਤੋਂ ਵੱਡਾ ਗੈਂਗਸਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇਸ ਨਹੀਂ, ਬਾਕੀ ਠੀਕ ਉਮਰ ਦੇ ਨੇ, ਬਾਕੀ ਹੈ ਸਾਰੇ ਯੰਗਸਟਰਸ ਹੀ ਨੇ, 30 ਸਾਲ ਤੋਂ ਥੱਲੇ ਥੱਲੇ ਨੇ, ਬਟ ਇਹ ਸਭ ਤੋਂ ਛੋਟਾ ਇਹੀ ਮੁੰਡਾ। ਥੈਂਕ ਯੂ। ਇਨਕਾਊਂਟਰ ਨਿਊਜ਼ ਜਲੰਧਰ ਸੇ ਕੈਮਰਾਮੈਨ ਅਜੇ ਕੇ ਸਾਥ ਵਿਨੋਦ ਗੁਪਤਾ ਕੀ।